ਜ਼ਿਲ੍ਹਾ ਜਲੰਧਰ ਦੇ ਕਸਬਾ ਅਪਰਾ ਵਿਖੇ ਫੁੱਟਬਾਲ ਕਲੱਬ ਅਪਰਾ ਵੱਲੋਂ ਠੇਕੇਦਾਰ ਝਲਮਣ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ NRI ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 4 ਦਿਨਾਂ ਫੁੱਟਬਾਲ ਅਤੇ ਕਬੱਡੀ ਟੂਰਨਾਮੈਂਟ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਸੰਬੰਧੀ ਪੋਸਟਰ ਜਾਰੀ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 15, 16, 17 ਅਤੇ 18 ਨਵੰਬਰ ਨੂੰ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਇਹ ਪਿੰਡ ਪੱਧਰ ਵੀ 46 ਕਿਲੋਗ੍ਰਾਮ ਅਤੇ ਸੀ 37 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਟੂਰਨਾਮੈਂਟ ਦੇ ਆਖਰੀ ਦਿਨ ਜਿੱਥੇ ਲੜਕਿਆਂ ਦੇ ਕਬੱਡੀ ਮੈਚ ਹੋਣਗੇ, ਉੱਥੇ ਹੀ ਲੜਕੀਆਂ ਦਾ ਵੀ ਕਬੱਡੀ ਸ਼ੋਅ ਮੈਚ ਹੋਵੇਗਾ। ਪ੍ਰਬੰਧਕਾਂ ਨੇ ਇਲਾਕਾ ਵਾਸੀਆਂ ਨੂੰ ਟੂਰਨਾਮੈਂਟ ਵਿੱਚ ਪਰਿਵਾਰਾਂ ਸਮੇਤ ਪਹੁੰਚ ਕੇ ਰੌਣਕ ਵਧਾਉਣ ਦੀ ਅਪੀਲ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਚੈਨ ਸਿੰਘ ਢੀਂਡਸਾ, ਮੋਹਨ ਸਿੰਘ, ਪ੍ਰਭਦਿਆਲ, ਨਿਰਮਲ ਸਿੰਘ ਢੀਂਡਸਾ, ਬਹਾਦਰ ਸਿੰਘ, ਕੁਲਵਿੰਦਰ ਕਿੰਦਾ, ਚੰਦਨਜੀਤ ਬਹਾਦਰ ਸਿੰਘ, ਸ਼ਿਵਦਿਆਲ ਭੰਡਾਰੀ, ਚਰਨਜੀਤ ਸਿੰਘ ਅਤੇ ਖਿਡਾਰੀ ਹੋਰ ਵੀ ਮੌਜੂਦ ਰਹੇ। ਟੂਰਨਾਮੈਂਟ ਦੇ ਫਾਈਨਲ ਵਾਲੇ ਦਿਨ 18 ਨਵੰਬਰ ਨੂੰ ਸਾਂਝ TV ਚੈਨਲ ਨੰਬਰ 132 ਤੇ ਸਿੱਧਾ ਪ੍ਰਸਾਰਣ ਵੀ ਦਿਖਾਇਆ ਜਾਵੇਗਾ। ਫੁੱਟਬਾਲ ਕਬੱਡੀ ਟੂਰਨਾਮੈਂਟ ਆਪਣੇ ਝਲਮਣ ਠੇਕੇਦਾਰ ਸਮਰਪਿਤ ਸ਼ੁਰੂ ਹੋਣ ਜਾ ਰਿਹਾ ਹੈ ਸ਼ੁਕਰਾਂ ਰੋਡ, ਅਤੇ 15, 16, 17, 18 ਨੂੰ ਲਾਸਟ ਵਾਲੇ ਦਿਨ ਕਬੱਡੀਆਂ ਦੇ ਮੈਚ ਹੋਣਗੇ ਅਤੇ ਲੜਕੀਆਂ ਦਾ ਵੀ ਮੈਚ ਹੋਣਗੇ। ਉਹਦੇ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰੋ ਔਰ ਬੱਚਿਆਂ ਦਾ ਹੌਸਲਾ ਵਧਾਈ ਕਰੋ। ਆਪ ਸਭ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਹੁਮ ਹੰਭਾ ਕੇ ਟੂਰਨਾਮੈਂਟ ਦੀ ਰੌਣਕ ਵਧਾਓ।